ਜਲਾਲਪੁਰ ਤੋਂ ਅਸੀਂ ਪੈਸੇ ਲੈਣੇ ਜੀ ਜੀ, ਕੋਠੀ ਦੇ ਪੈਸੇ ਲੈਣੇ ਜੀ 80 ਲੱਖ ਰੁਪਈਆ। ਸਭ ਤੋਂ ਪਹਿਲਾਂ ਸਾਡੀ ਉਹ ਠੱਗੀ ਹੋ ਗਈ ਜੀ, ਸਾਡੇ ਉਹ ਪੈਸੇ ਖਤਮ ਹੋ ਗਏ ਜੀ। ਉਸ ਤੋਂ ਬਾਅਦ ਅਮਨ ਢੋਟ ਹੈ ਜੀ, MLA ਸਾਹਿਬ ਦਾ ਭਰਾ ਬਣਿਆ ਹੋਇਆ ਜੀ, ਉਹ ਕਹਿੰਦਾ ਵੀ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ, ਤੁਹਾਡਾ 80 ਲੱਖ ਰੁਪਈਆ ਵਾਪਸ ਕਰਾ ਦਿੰਦਾ। ਮੈਂ ਕਿਹਾ ਜੀ ਠੀਕ ਹੈ, ਸਾਨੂੰ ਤਾਂ ਪੈਸੇ ਚਾਹੀਦੇ ਨੇ। ਉਹ ਕਹਿੰਦਾ ਵੀ ਪੈਸੇ ਤਾਂ ਇਹਨਾਂ ਕੋਲ ਹੈ ਨਹੀਂ, ਵੀ ਇਹਦੇ ਸਾਲੇ ਦਾ ਕਿੱਲਾ ਜੀ, ਵੀ ਉਹ ਮੈਂ ਦਵਾ ਦਿੰਦਾ। ਸਾਲਾ ਕਹਿੰਦਾ ਵੀ ਮੇਰੀ ਭੈਣ ਮੈਂ ਅੰਦਰ ਜਾਏਗੀ ਤਾਂ ਮੈਂ ਦੇਖ ਨਹੀਂ ਸਕਦਾ ਜੀ। ਮੈਂ ਕਿਹਾ ਜੀ ਸਾਨੂੰ ਜ਼ਮੀਨ ਦੇ ਦਿਓ ਜੀ, ਨਹੀਂ ਪੈਸੇ। ਸਾਰੀ ਗੱਲਬਾਤ ਤੈਅ ਕਰਕੇ ਜੀ 1 ਮਹੀਨਾ ਸਾਨੂੰ ਘੁਮਾਈ ਗਏ ਜੀ ਅਸੀਂ। ਉਹਨਾਂ ਨੇ ਆਪਣੀ ਸਕੀਮ ਲਾ ਲਈ ਜੀ, ਕਹਿੰਦਾ ਵੀ ਮੈਨੂੰ ਫੁੱਫੜ ਜੀ ਬਣਾ ਲਿਆ, ਇਹਨੂੰ ਭੂਆ ਬਣਾ ਲਿਆ ਜੀ, ਮੇਰੇ ਸਹੁਰੇ ਨੇੜੇ ਆ ਸਨੌਰ 'ਤੇ। ਉਹ ਕਹਿੰਦਾ ਜੀ ਵੀ ਆਪਣਾ ਵੀ ਫੁੱਫੜ ਜੀ ਤੁਸੀਂ ਤਾਂ ਜਾਣਾ ਨਹੀਂ ਹਿਸਟਰੀ 'ਤੇ। ਕਹਿੰਦਾ ਵੀ ਉਹ ਬੰਦੇ ਤੇ ਉੱਤੇ ਅਲਰਜਿਕ ਕਰਦੇ ਨੇ, ਵੀ ਮੈਂ ਭੂਆ ਨੂੰ ਲੈ ਜਾਂਦਾ, ਸਾਨੂੰ ਆਪਣਾ ਬਣ ਕੇ ਲੁੱਟ ਲਿਆ ਜੀ ਉਹਨੇ। ਉੱਥੇ ਜਾ ਕੇ ਜੀ ਗੱਡੀ 'ਚ ਇਹਨੂੰ ਪਾਣੀ ਪਿਆ ਆ, ਪਤਾ ਨਹੀਂ ਇਹਦਾ ਦਿਮਾਗ ਉਸ ਟਾਈਮ ਘੁੰਮਣ ਲੱਗ ਗਿਆ ਜੀ, ਇਹਨੂੰ ਉਹ ਕਰਕੇ ਨਾ ਜੀ ਉਹ ਦੇਤਾ, ਫੋਨ ਇਹਦਾ ਬੰਦ ਕਰਤਾ। ਗੱਡੀ 'ਚ ਬੈਠੀ ਬੈਠੀ ਇਹਦੇ ਸੈਨਿਕਾਂ ਵਾਲੇ ਅੰਦਰ ਜਾ ਕੇ ਫੋਟੋ ਤਰਾ ਲਈ ਜੀ। ਸਾਡੇ ਵਾਲੇ 5 ਕਿੱਲੇ ਚੱਕਤੇ ਜੀ, ਸਾਡੀ 4 ਕਰੋੜ ਦੀ ਠੱਗੀ ਲੱਗੀ, 3 ਕਰੋੜ ਦੀ ਮੇਰੀ ਜ਼ਮੀਨ ਹੈ, 1 ਕਰੋੜ ਰੁਪਈਆ ਸਾਡੀ ਠੱਗੀ ਲੱਗ ਗਈ ਪਹਿਲਾਂ ਜੀ ਕੋਠੀ 'ਚ। ਹੁਣ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੁਹਾਰ ਲਾ ਰਹੇ ਹਾਂ ਜੀ ਵੀ ਸਾਡੀ ਇਹ ਬੇਨਤੀ ਸੁਣੀ ਜਾਵੇ, ਜੇ ਸਾਡਾ ਮਸਲਾ ਨਹੀਂ ਹੱਲ ਹੋਇਆ ਜੀ ਅਸੀਂ ਦੋਵੇਂ ਜੀ 5 ਦਿਨ ਦਾ ਮੁਹਲਤ ਹੈ ਜੀ, ਅਸੀਂ ਆਤਮ ਹੱਤਿਆ ਕਰਾਂਗੇ। ਸਾਡੇ ਬਾਰੇ ਇਹ ਕੁਛ ਨਹੀਂ ਜੀ, ਸਾਡੇ ਬਾਰੇ 5 ਕਿੱਲੇ ਸੀ ਉਹ ਸਾਡੇ ਖਤਮ ਕਰਤੇ ਜੀ ਇਹਨਾਂ ਨੇ, ਸਾਡੇ ਬਾਰੇ ਕੁਛ ਨਹੀਂ ਜੀ, ਅਸੀਂ ਰੋਡ 'ਤੇ ਆ ਗਏ ਇਸ ਟਾਈਮ। ਇਹ ਸਾਡੀ ਬੇਨਤੀ ਹੈ ਜੀ, ਜਲਾਲਪੁਰ ਦੇ ਅਸੀਂ ਪੈਸੇ ਪਹਿਲਾਂ ਲੈਣੇ ਤੇ ਜੀ ਕੋਠੀ ਦੇ, ਫਿਰ ਇਹ ਵਿੱਚ ਸਾਰੇ ਇਕੱਠੇ ਮਿਲੇ ਹੋਏ ਸੀਗੇ ਜੀ। ਅਮਨ ਢੋਟ ਆ ਗਿਆ ਸਾਡੇ ਕੋਲ, ਕਹਿੰਦਾ ਜੀ ਫੁੱਫੜ ਜੀ ਮੈਂ ਤੁਹਾਡੇ ਮੈਨੂੰ ਫੁੱਫੜ ਬਣਾ ਲਿਆ ਜੀ, ਇਹਨੂੰ ਭੂਆ ਜੀ, ਉਹੀ ਗੱਲ ਹੈ ਵਾਰ ਵਾਰ ਵੀ ਉਹ ਕਹਿੰਦਾ ਜੀ ਮੈਂ ਤੁਹਾਡੇ ਪੈਸੇ ਕਢਾ ਦਿੰਦਾ। ਮੈਂ ਕਿਹਾ ਜੀ ਚਲੋ ਕਢਾ ਦਿਓ ਜੀ, ਕਢਾ ਕੇ ਉਹਨਾਂ ਨੇ ਸਾਡੇ ਨਾਲ ਇਹ ਠੱਗੀ ਮਾਰ ਲਈ ਜੀ। ਪਠਾਨ ਮਾਜਰੇ ਦਾ ਭਰਾ ਜੀ, ਪਠਾਨ ਮਾਜਰੇ ਕੋਲ ਅਸੀਂ 1 ਮਹੀਨਾ ਹੋ ਗਏ, ਅੱਗੇ ਗੱਲ ਇਹ ਹੈ ਜੀ 1.5 ਮਹੀਨਾ ਹੋ ਗਿਆ ਅਸੀਂ ਪਠਾਨ ਮਾਜਰੇ ਕੋਲ ਜਾ ਰਹੇ ਹਾਂ, ਬੇਨਤੀਆਂ ਕਰ ਰਹੇ ਹਾਂ। ਉਹ ਕਹਿੰਦਾ ਵੀ ਨਾ ਸਾਨੂੰ ਮੀਡੀਆ ਦਾ ਡਰ, ਨਾ ਸਾਨੂੰ ਪੰਚਾਇਤਾਂ ਦਾ ਡਰ, ਮੈਨੂੰ ਕਿਸੇ ਦਾ ਡਰ ਨਹੀਂ। ਉਸ ਬੰਦੇ ਦੇ ਸਾਡੇ ਕੋਲ ਗਵਾਹ ਹੈਗੇ ਆ ਜੀ, ਉਹ ਬੰਦੇ ਦੱਸਣਗੇ ਵੀ ਉਹਨੇ ਕੀ ਬਲਡਿਗ ਬੋਲੀ ਹੈ। ਹੁਣ ਸਾਨੂੰ ਲੱਲੇ ਭੱਬੇ ਲਾ ਰਿਹਾ ਜੀ, ਅਸੀਂ ਦੁਖੀ ਹੋ ਗਏ, ਪੂਰੇ ਚੰਡੀਗੜ੍ਹ ਆਏ ਹਾਂ ਬਾਹਰ ਲਾਉਣਾ। ਸਰਦਾਰ ਸਾਹਿਬ ਇੱਕ ਗੱਲ ਦੱਸੋ ਵੀ ਇਹ ਜ਼ਮੀਨ ਪੈਂਦੀ ਕਿੱਥੇ ਹੈ? ਇਹ ਵੱਡੀ ਮਜਾਲ ਹੈ ਜੀ, ਵੱਡੀ ਮਜਾਲ। ਜ਼ਮੀਨ ਕਿੱਥੇ ਹੈ? ਜ਼ਮੀਨ ਦਾ ਰੌਲਾ ਕਿਸੇ ਤੁਹਾਡੇ ਰਿਸ਼ਤੇਦਾਰ ਨਾਲ ਹੈ ਜਾਂ ਕੋਈ ਏਜੰਟ ਨਾਲ? ਰਿਸ਼ਤੇਦਾਰ ਸਾਡਾ ਕੁਝ ਨਹੀਂ ਲੱਗਦਾ, ਸਾਨੂੰ ਪੈਸੇ ਲੈਣੇ ਦੇ ਕੋਠੀ ਦੇ, ਉਹ ਭੂਆ ਫੁੱਫੜ ਉਹਨੇ ਬਣਾ ਲਏ ਜੀ, ਉਹ ਹੈ ਉਹ ਕੰਬੋਜ ਨੇ, ਅਸੀਂ ਜੱਟ ਨੇ ਜੀ, ਸਿੱਖ ਜੱਟ, ਠੀਕ ਹੈ ਜੀ। ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਸਾਨੂੰ 2 ਦਿਨ ਮਿਲਿਆ, ਉਸ ਤੋਂ ਬਾਅਦ ਸਾਨੂੰ ਘੁਮਾਈ ਗਿਆ ਸੀ ਜੀ, ਗਰਮੀ 'ਚ ਜਾਈ ਕਰੀਏ ਘੁਮਾ ਦੇ ਕਰੇ, ਹਾਂ ਫੁੱਫੜ ਬਣਨ ਵਾਲਾ ਫਲਾਣਾ ਢਿਗੜਾ ਇਹ ਉਹ। ਇਹ ਸਾਰੇ ਸਰ ਪੂਰਾ ਸਿਰੇ ਦਾ ਗੁੰਡਾ ਜੀ ਨਾਲ ਇਹਨਾਂ ਦਾ। ਜ਼ਮੀਨ ਸਾਤੋਂ ਕਰਾ ਲਈ ਜੀ, ਇਸ ਰੌਲਾ ਕੀ ਹੈ ਜੀ? ਉਹਦਾ ਫੈਸਲਾ ਕਰਾਉਂਦਾ ਜੀ ਕੋਠੀ ਵਾਲੇ ਪੈਸਿਆਂ ਦਾ, ਉਹਦੇ ਉਹਦੀ ਆੜ 'ਚ ਜੀ ਇਹ 5.5 ਕਿੱਲੇ ਕਰਾ ਗਿਆ ਜੀ। ਉਹ ਜੀ ਬੜੀ ਮਜਾਲ, ਚੀਕੇ ਰੋਡ ਤੋਂ ਵੱਡੀ ਮਜਾਲ ਹੈ ਜੀ ਜਿਹੜਾ ਕਰਾਰਾ ਦੀ, ਉਹ ਸਨੌਰ ਦਾ ਕਿੱਲਾ। ਹਾਂਜੀ, ਜਿਹੜਾ ਉਹ ਕਰਾ ਰਿਹਾ ਸੀਗਾ ਉਹ ਸਨੌਰ ਦਾ ਕਿੱਲਾ ਸੀਗਾ, ਸਾਨੂੰ ਉਹ ਦਿਖਾਤਾ, ਸਾਨੂੰ ਭਰੋਸੇ 'ਚ ਇੰਨਾ ਲੈ ਲਿਆ ਸਰਦਾਰ ਜੀ, ਬਹੁਤ ਜ਼ਿਆਦਾ ਭਰੋਸੇ 'ਚ ਲੈ ਲਿਆ ਉਹਨੇ, ਗਲਤੀ ਤਾਂ ਸਾਡੀ ਬਣਦੀ, ਅਸੀਂ ਇੰਨਾ ਭਰੋਸਾ ਕਰਨਾ ਨਹੀਂ ਸੀ। ਹਾਂ ਨਹੀਂ, MLA ਦਾ ਬੰਦਾ ਜੀ, ਅਸੀਂ MLA ਕੋਲ ਗਏ ਹਾਂ ਢੋਟ ਨੇ ਜੀ। ਹਾਂਜੀ, ਅਸੀਂ ਜੀ 5-6 ਵਾਰ ਗਏ ਹਾਂ, ਪਹਿਲਾਂ ਜਲੰਧਰ ਗਏ ਸੀ, 5 ਵਾਰੀ ਕੋਠੀ ਗਏ ਹਾਂ ਜੀ, 200-200 ਬੰਦਾ ਲੈ ਕੇ ਗਏ ਹਾਂ ਜੀ, ਸਾਡੀ ਕੋਈ ਸੁਣਾਈ ਨਹੀਂ। ਤੁਸੀਂ ਥੋੜ੍ਹਾ ਸਮਝਾਓ ਇੱਕ ਵਾਰੀ, ਕੋਠੀ ਦਾ ਫੈਸਲਾ ਸੀਗਾ ਤੇ ਉਹਦੇ ਆੜ 'ਚ ਜ਼ਮੀਨ ਲੈ ਲਈ? ਹਾਂਜੀ ਹਾਂਜੀ, ਕੋਠੀ ਦਾ ਅਸੀਂ 80 ਲੱਖ ਪਤਾ ਨਹੀਂ ਲੱਗਿਆ ਕਿ ਉਹਨਾਂ ਨੇ ਭੂਆ ਫੁੱਫੜ ਬਣਾ ਲਏ। ਹਾਂਜੀ, ਉਹ ਕਹਿੰਦੇ ਵੀ ਜੇ ਤੁਹਾਨੂੰ ਲੈ ਜਾਂਗੇ ਨਾ, ਵੀ ਫੁੱਫੜ ਜੀ ਜੇ ਤੁਹਾਨੂੰ ਲੈ ਜਾਂਗੇ ਉੱਥੇ ਲੜਾਈ ਹੋਣ ਦਾ ਖਤਰਾ, ਸਾਨੂੰ ਇੰਨਾ ਮਤਲਬ ਕਿ ਉਹਨਾਂ ਨੇ
ਜ਼ਿਆਦਾ ਪ੍ਰੈਸ਼ਰ ਪੌਦੇ ਅੰਦਰ ਲੈ ਲਿਆ ਜੀ ਆਪਣਾ ਬਿਲਕੁਲ ਵੀ ਸੁਣਾਈ ਨੀ ਜੀਰੋ ਭਰੋਸਾ ਦਵਾਇਆ ਇਹਨੂੰ ਕਹਿੰਦਾ ਭੈਣੇ ਮੈਂ ਤੇਰੀ ਜ਼ਮੀਨ ਮੜਵਾਉਂਗਾ ਸਾਨੂੰ ਡੇਢ ਦੋ ਮਹੀਨੇ ਹੋ ਗਏ ਜੀ ਅਸੀਂ ਪਾਗਲ ਬਣ ਗਏ ਸਾਡੇ ਅਸੀਂ ਦੋ ਸਥਿਤੀ ਚ ਨਹੀਂ ਹੈਗੇ ਸਹੀ ਸਾਡਾ ਇੰਨਾ ਦਿਮਾਗ ਐਪਰ ਹੋ ਗਿਆ ਜੀ ਤੁਹਾਨੂੰ ਕਿਹਾ ਸੀ ਐਮਐਲਏ ਸਾਹਿਬ ਨੇ ਕਿ ਜਦੋਂ ਜੀ ਬੋਲ ਪਠਾਨ ਮਾਜਰਾ ਜੀ ਵੀ 25 ਬੰਦਿਆਂ ਕੋਲ ਕਿਹਾ ਫਿਰ ਬਾਅਦ ਚ ਸਾਨੂੰ ਲੱਗੇ ਕਹਿਣ ਅੰਦਰ ਵਾੜ ਕੇ ਸਾਨੂੰ ਦੋਵਾਂ ਨੂੰ ਵੀ ਪਠਾਨ ਉਹਨੂੰ ਵੀ ਆਮਨ ਟੋਟ ਨੂੰ ਵੀ ਜੀ ਸਾਨੂੰ ਵੀ ਵਾੜ ਲਿਆ ਸਾਨੂੰ ਵੀ ਕਹਿ ਰਿਹਾ ਅੰਦਰਵਾਲ ਲੈ ਜੀ ਫਿਰ ਕਹਿ ਰਿਹਾ ਤੁਸੀਂ 200 ਬੰਦਾ ਗਈ ਉੱਥੇ ਬੈਠ ਕੇ ਸਾਰਿਆਂ ਨੇ ਸਾਹਮਣੇ ਗੱਲ ਕਰਨੀ ਸੀ ਅੰਦਰਵਾਲ ਲੈ ਫਿਰ ਸਾਨੂੰ ਪੁੱਛਿਆ ਵੀ ਮੈਂ ਕਿ ਇਸ ਤਰ੍ਹਾਂ ਕਰਕੇ ਅਸੀਂ ਤਾਂ ਇਹਦੇ ਕੋਲ ਪੈਸਿਆਂ ਦੇ ਫੈਸਲੇ ਖਾਤਰ ਗਏ ਤੇ ਵੀ ਅਸੀਂ ਕੋਈ ਜ਼ਮੀਨ ਵੇਚਣ ਵਾਸਤੇ ਤਾਂ ਗਏ ਨਹੀਂ ਤੇ ਹੈਗੇ ਨਾ ਸਾਨੂੰ ਜ਼ਮੀਨ ਦਾ ਪਤਾ ਤੀ ਤਾਂ ਸਾਨੂੰ ਤਾਂ ਡੀਲਰਾਂ ਜਦ ਪਤਾ ਲੱਗਿਆ ਸਾਡੇ ਰਿਸ਼ਤੇਦਾਰਾਂ ਕੋਲ ਗਏ ਤਾਂ ਸਾਨੂੰ ਪਤਾ ਵੀ ਸਾਡੀ ਜ਼ਮੀਨ ਵਿਕ ਚੁੱਕੀ ਹੈ ਵੇਚਣ ਲੱਗ ਗਿਆ ਜੀ ਅੱਗੇ ਜ਼ਮੀਨ ਵੇਚਣ ਲੱਗ ਗਏ ਉਹਨਾਂ ਵੀ ਸਾਡੇ ਰਿਸ਼ਤੇਦਾਰਾਂ ਨੇ ਫੋਨ ਕਰਿਆ ਅਸੀਂ ਸਾਰੀ ਰਾਤ ਪਾਗਲਾਂ ਵਾਲੀ ਸਥਿਤੀ ਹੋ ਗਈ ਜਦ ਤੁਸੀਂ ਦੋ ਬੰਦਾ ਲੈ ਕੇ ਗਏ ਪੰਚਾਇਤ ਦਾ ਉਸੇ ਦੇ ਫਿਰ ਕੀ ਕੀਤਾ ਉਹਨੇ ਮਹਾਮਾਜਰੇ ਸਾਨੂੰ ਫਿਰ ਪਠਾਨ ਮਾਜਰੇ ਨੇ ਚੱਲ ਗੱਲਾਂ ਬਾਤਾਂ ਪੁੱਛੀਆਂ ਵੀ ਕਿਸ ਤਰ੍ਹਾਂ ਵੀ ਇਸ ਤਰ੍ਹਾਂ ਤੁਹਾਡੇ ਨਾਂ ਤੇ ਵੀ ਇਹਨੇ ਸਾਨੂੰ ਵੀ ਪੈਸੇ ਮੰਗੇ ਪਠਾਨ ਮਾਜਰੇ ਨਾਂ ਤੇ ਕਰਕੇ ਸਾਰਾ ਕੁਛ ਜੀ ਬਹੁਤ ਕੁਛ ਉਹਨੇ ਸਾਨੂੰ ਕਿਹਾ ਦੱਸਿਆ ਚੱਲ ਫਿਰ ਹੁੰਦੇ ਹੁੰਦੇ ਪਠਾਨ ਮਾਜਰਾ ਕਹਿ ਰਿਹਾ ਵੀ ਤੁਸੀਂ ਉਹ ਤੋਂ ਉਹ ਉੱਥੇ ਦੇ ਦਿਓ ਤੁਸੀਂ ਐਪਲੀਕੇਸ਼ਨ ਕੀਤੇ ਬਈ ਵੀ ਉੱਥੇ ਦੇ ਦਿਓ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਵੀ ਫੈਸਲਾ ਫਿਰ ਉਹੀ ਆ ਕੇ ਕਰਦੇ ਉਹ ਕਹਿੰਦਾ ਵੀ ਜਦ ਕਿਹਾ ਵੀ ਤੁਸੀਂ ਐਸਐਸਪੀ ਦੋ ਵੀ ਮੈਂ ਕੋਈ ਇਹਦੇ ਨਾਲ ਹੁਕਮ ਕੋਟਾ ਦੁੱਧੀ ਉਹਨਾਂ ਮੌਕੇ ਤੇ ਸੀ ਜਦੋਂ ਅੰਦਰ ਵਾਲੇ ਸਾਰੀਆਂ ਗੱਲਾਂ ਹੋਈਆਂ ਜੀ ਫਿਰ ਬਾਹਰ ਆ ਕੇ ਐ ਕਹਿਤਾ ਵੀ ਇਹਨਾਂ ਚ ਵੀ ਨੁਕਸ ਹੈ ਤੇ ਇਹਦੇ ਚ ਵੀ ਨੁਕਸ ਹੈ ਅਸੀਂ ਤਾਂ ਲੁੱਟ ਕੇ ਬਹਿ ਗਏ ਜੀ ਅਸੀਂ ਤਾਂ ਬਰਬਾਦ ਹੋ ਗਏ ਸਾਡੇ ਚ ਨੁਕਸ ਕੱਢ ਰਹੇ ਐਮਐਲਏ ਸਾਹਿਬ ਦੱਸੋ ਕਿੱਡਾ ਜ਼ੁਲਮ ਹੈ ਸਾਹਿਬ ਕਰਨਗੇ ਵੀ ਅਸੀਂ ਕੁਛ ਨੀ ਕਰ ਸਕਦੇ ਐਮਐਲਏ ਸਾਹਿਬ ਕਰਨਗੇ ਐਸਐਸਪੀ ਸਿੱਟੀ ਨੇ ਕਿਹਾ ਜੀ ਇਹ ਗੱਲ ਮੈਂ ਕਰ ਦਿੰਦਾ ਵੀ ਤੁਸੀਂ ਸਿਟੀ ਦੇ ਜਾਓ ਨਾਲੇ ਕਮਰਾ ਜੀ ਸਿਟੀ ਦੇ ਉਹ ਗਏ ਜੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਉਹ ਕਹਿੰਦੇ ਵੀ ਐਮਐਲਏ ਸਾਹਿਬ ਕਰਨਗੇ ਜੀ ਅਸੀਂ ਨਹੀਂ ਕੁਛ ਕਰ ਸਕਦੇ
ਇਹ ਜੀ 10 ਦਿਨ ਦੀ ਹਫ਼ਤੇ ਦੀ ਗੱਲ ਹੈ ਜੀ, ਪਿਛਲੇ ਹਫ਼ਤੇ 'ਚ ਸੀਗੀ ਕੈਂ ਤਰੀਕ ਦੀ ਆਪਣੀ ਇੱਥੇ ਆਪਣਾ ਆਪਣਾ 5 ਤਰੀਕ ਨੂੰ ਗਏ ਸੀਗੇ ਜੀ ਅਸੀਂ ਉੱਥੇ ਨਹੀਂ ਜੀ ਅਸੀਂ ਅੱਜ ਪਹਿਲੇ ਦਿਨ ਆਏ ਹਾਂ ਸਰ ਜੀ, ਅਸੀਂ ਪਹਿਲੇ ਦਿਨ ਅਸੀਂ ਹੰਭ ਗਏ ਜੀ ਜਿਹੜੇ ਤੋਂ ਗੁਰਵਿੰਦਰ ਤੋਂ ਲੈਣੇ ਜੀ, ਉਹਨੇ ਵਿੱਚ ਪਾੜ ਲਿਆ ਜੀ ਉਹ ਗੁਰਵਿੰਦਰ ਨੇ, ਜਿਹੜੇ ਤੋਂ ਅਸੀਂ 80 ਲੱਖ ਰੁਪਇਆ ਲੈਣਾ ਸੀ ਜਿਹੜੇ ਤੋਂ ਅਸੀਂ ਪੈਸੇ ਲੈਣੇ ਸੀ, ਉਹ ਆਪਣਾ ਜਲਾਲਪੁਰ ਦਾ ਮੁੰਡਾ ਹੈ ਨਾ ਠੇਕੇਦਾਰ, ਹਾਂਜੀ ਜਲਾਲਪੁਰ ਦਾ ਮੁੰਡਾ ਜੀ, ਕੋਟੀਆਂ ਦਾ ਕੰਮ ਕਰਦਾ, ਅੱਛਾ ਜਲਾਲਪੁਰ ਦਾ ਮੁੰਡਾ ਜੀ, ਮੈਨੂੰ ਬਗੜਾ ਕੇ ਕਹਿੰਦਾ ਵੀ ਅੰਕਲ ਆਪਾਂ ਕੋਟੀਆਂ 'ਚ ਕੰਮ ਕਰਦੇ ਹਾਂ, ਕੰਮ ਕਰ ਰਹੇ ਹਾਂ ਜਲਾਲਪੁਰ ਦੇ ਬ੍ਰਾਹਮਣ ਚਲੋ ਵੀ ਮਿਲੇ ਹੋਏ ਆ, ਹਾਂਜੀ ਹਾਂਜੀ ਸਾਰੇ ਖੜੇ ਪਾਉਣਗੇ ਜਲਾਲਪੁਰ ਦੇ ਬ੍ਰਾਹਮਣ ਚਲੋ ਵੀ ਮਿਲੇ ਹੋਏ ਆ, ਸਾਰਾ ਗਰੁੱਪ ਹੈ ਜੀ ਇਹ, ਸਾਰੀ ਚੰਡਾਲ ਚੌਂਕੜੀ ਹੈ ਜੀ ਇਹ ਸਾਰੀ। ਆਡੀਓ ਸੁਣਾਓ ਕਿਹੜੀ ਹੈ ਤੁਹਾਡੇ ਕੋਲ ਆਡੀਓ? ਹਾਂਜੀ ਠੀਕ ਹੈ ਸਰ ਮੈਂ ਸੁਣਾ ਦਿੰਦਾ, ਉਹ ਮਾਈਕਾਂ ਕੋਲ ਰੱਖ ਦੇਣਾ ਤੇਰੇ ਕੋਲ ਹੈਗੀ ਇੱਕ ਮਿੰਟ। ਸਾਡੀ ਮੌਤ ਹੈ ਉਸ ਤੋਂ ਬਾਅਦ ਜੇ ਸਾਡੀ ਨਾ ਸੁਣਾਈ ਹੋਈ, ਜੇ ਕਰ ਦੇਣਗੇ ਫਿਰ ਅਸੀਂ ਜੀ ਲਾਂਗੇ 4 ਦਿਨ, ਸਾਡੀ ਮੌਤ ਹੈ ਜੀ ਠੀਕ ਹੈ ਸੱਚ ਕੇ ਵਿੱਚ ਹੈ ਜੀ। ਬੋਲੋ ਜੀ ਕਨੈਲ ਸਿੰਘ ਬੋਲੋ ਜੀ, ਜਿਹੜੇ ਗਏ ਬੋਲੋ ਜੀ, ਹੈ ਜੀ ਉਦਣ ਗਏ ਸੀ ਨਾ ਆਪਾਂ
ਬੋਲੋ ਨਾ ਜਿਹੜੇ ਗਏ ਤੇ 2 ਮਹੀਨੇ ਹੋ ਗਏ ਇਹਨਾਂ ਨੇ ਅੰਨ ਪਾਣੀ ਕੋਈ ਨਹੀਂ ਪਿਆ ਮਤਿਆਂ ਕਰਨੇ ਪਈ ਹਾਂ ਫੈਸਲੇ ਵਾਸਤੇ ਗਏ ਸੀ ਬੇਬੇ ਨੂੰ ਬੋਲੋ 2 ਮਹੀਨੇ ਹੋ ਗਏ ਬਿੱਲੀ ਵਾਂਗੂ ਵਿਲਕ ਰਹੇ ਇਹਨਾਂ ਦੀ ਕਿਸੇ ਨੂੰ ਸਾਹ ਨਹੀਂ ਲੈ ਇਹਨਾਂ ਦੀ ਰੋਜੀ ਰੋਟੀ ਖੋਲੀ ਨੂੰ ਕੋ ਰਹਿ ਕੇ ਉੱਚੇ ਬੋਲੋ ਬੀਬੀ ਥੋੜੇ ਕਿਸੇ ਕੋਲ ਸੁਣਾਈ ਨਹੀਂ ਹੋ ਰਹੀ 2 ਮਹੀਨੇ ਹੋ ਗਏ ਭੁੱਖੇ ਤੇ ਵੀ ਸਾਰਾ ਕੰਮ ਇਹਨਾਂ ਨੇ ਕਰਾਇਆ ਜੀ ਮੈਨੂੰ ਰੱਬ ਨੂੰ ਜਾਣ ਦੇਣੀ ਹੈ ਹੋ ਜੇ ਮੈਂ 50 ਸਾਲ 40 ਕੱਢ ਜਾਂ ਮੈਂ 1 ਮਿੰਟ ਨਾ ਕੱਢਾਂ ਮੈਂ ਪਰਮਾਤਮਾ ਨੂੰ ਜਾਣ ਦੇਣੀ ਹੈ ਕਹਿੰਦਾ ਵੀ ਮੈਂ ਮੀਡੀਏ ਦਾ ਮੈਨੂੰ ਕੋਈ ਡਰ ਨਹੀਂ ਨਾ ਮੈਨੂੰ ਕਿਸਾਨ ਯੂਨੀਅਨ ਦਾ ਡਰ ਨਾ ਮੈਨੂੰ ਪੰਚਾਇਤ ਦਾ ਡਰ ਜੀ ਇਹ ਬੰਦੇ ਨਾਲ ਸੀਗੇ ਬੋਲੋ ਤੁਸੀਂ ਸਾਰੇ ਨਾਲ ਸੀਗੇ ਜੀ ਹਾਂਜੀ ਜਿਹੜੀ ਗੱਲ ਕਹੀ ਹੈ ਜੀ ਉਹਨਾਂ ਨੇ ਜਦ ਕੋਈ ਨਾ ਸਹਾਰਾ ਮਿਲਿਆ ਤਾਂ ਇੱਥੇ ਤੱਕ ਪਹੁੰਚੇ ਅਮਨ ਢੋਟ ਜੀ ਤੁਹਾਡੇ 'ਤੇ ਅੱਜ ਪ੍ਰੈਸ ਕਾਨਫਰੰਸ ਹੁੰਦੀ ਹੈ ਦੋਸ਼ ਇਹ ਲਾਇਆ ਗਿਆ ਸਣੇ MLA ਹਰਮੀਤ ਸਿੰਘ ਪਠਾਨਮਾਜਰਾ ਦੇ ਨਾਲ ਕਹਿੰਦੇ ਮਿਲ ਕੇ ਤੁਸੀਂ ਉਹਨਾਂ ਦੀ ਸ਼ਹਿਰ ਦੇ ਉੱਤੇ ਜ਼ਮੀਨ ਦੱਬ ਲਈ ਹੈ ਗਰੀਬ ਪਰਿਵਾਰ ਦੀ ਉਲਟਾ ਉਹਨਾਂ ਨੂੰ ਸਮਝੌਤਾ ਕਰਾਉਣਾ ਸੀ ਪੈਸੇ ਦਵਾਉਣੇ ਸੀ ਕਿਸੇ ਕੋਠੀ ਨੂੰ ਲੈ ਕੇ ਕਹਿੰਦੇ 1 ਕਿੱਲੇ ਦੇ ਬਦਲੇ ਉਲਟਾ ਸਾਡੀ ਜ਼ਮੀਨ ਹੀ ਲੈ ਕੇ ਗੁੰਮਰਾਹ ਕਰਕੇ ਕਿੱਲੇ ਦੇ ਬਦਲੇ ਜੀ ਪਹਿਲੀ ਗੱਲ ਤਾਂ ਜੀ ਮੇਰਾ ਕੋਈ MLA ਨਾਲ ਕੋਈ ਲਿੰਕ ਹੀ ਨਹੀਂ ਹੈ ਸਭ ਤੋਂ ਪਹਿਲੀ ਗੱਲ ਅੱਛਾ MLA ਮੇਰੇ ਉਲਟ ਚੱਲ ਰਹੇ ਜੀ ਠੀਕ ਹੈ MLA ਦਾ ਪੁੱਫੜ ਸਰਦਾਰ ਗੁਰਬਚਨ ਸਿੰਘ ਉਹ ਮੇਰੇ ਉਲਟ ਚੱਲ ਰਿਹਾ ਇਹ ਕਿਹਾ ਹੋਇਆ ਜੀ ਇਹਨਾਂ ਨੇ ਮੈਨੂੰ 5 ਮਹੀਨੇ ਪਹਿਲਾਂ ਜ਼ਮੀਨ ਵੇਚੀ ਜੀ 22 ਬਿਘੇ 17 ਬਿਸਵੇ ਇਹ ਕਿਹਨਾਂ ਨੇ ਵੇਚੀ ਜੀ ਬਲਜੀਤ ਕੌਰ ਨੇ ਜੀ 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 ਤੇ ਉਹਦੇ ਠੀਕ ਹੈ ਇਹਨਾਂ ਨੇ 22 ਬਿਘੇ 17 ਬਿਸਵੇ ਵੇਚੀ ਜੀ ਜੋ ਰਜਿਸਟਰੀ ਦੀ ਪੇਮੈਂਟ ਸੀ ਮੈਂ ਇਹਨਾਂ ਦੇ ਖਾਤੇ ਚ ਪਾਈ ਜਿਹਨੇ ਮੈਨੂੰ ਜੇ ਇਹਨਾਂ ਨੇ ਕਿਸੇ ਨੂੰ ਅੱਗੇ ਅਟੋਰਨੀ ਕਰਾਈ ਸੀ ਅਟੋਰਨੀ ਵਾਲੇ ਨੇ ਮੈਨੂੰ ਵੇਚੀ ਹੈ ਜੀ ਜ਼ਮੀਨ ਜੀ ਮੈਂ ਜਿੰਨੀ ਪੇਮੈਂਟ ਸੀਗੀ ਬਾਏ ਅਕਾਊਂਟ ਸਾਰੀ ਪੱਕੇ ਚ ਪੈਸੇ ਚ ਪਾਈ ਇਹਨਾਂ ਦੇ ਖਾਤੇ ਤੁਸੀਂ ਕਿੰਨੀ ਕੀਮਤ ਪਾਈ ਸੀ ਉਸ ਜ਼ਮੀਨ ਦੀ 76 ਲੱਖ ਰੁਪਇਆ ਜੀ ਰਜਿਸਟਰੀ ਦਾ ਖਰਚਾ ਆਇਆ ਸੀਗਾ ਜੀ ਜੀ ਤੇ 4 ਲੱਖ ਰੁਪਇਆ ਜੀ ਇਹਨਾਂ ਦਾ ਲੋਨ ਖੜਿਆ ਸੀਗਾ ਜੀ ਕਿਉਂਕਿ ਬਿਨਾਂ ਲੋਨ ਤੋਂ ਰਜਿਸਟਰੀ ਹੁੰਦੀ ਨੀ ਜੀ ਜੀ ਇਹਨਾਂ ਨੂੰ 4 ਲੱਖ ਰੁਪਇਆ ਲੱਗ ਦਿੱਤਾ ਇਹਨਾਂ ਨੇ ਜਾ ਕੇ ਬੈਂਕ ਚ ਫੱਕ ਕਰਾਈ ਜ਼ਮੀਨ ਉਸ ਤੋਂ ਬਾਅਦ ਇਹਨਾਂ ਨੇ ਜੀ ਲੋਨ ਭਰ ਕੇ ਮੇਰੇ ਨਾਲ ਰਜਿਸਟਰੀ ਕਰਾਈ ਪਰ ਉਹਨਾਂ ਦਾ ਇਹ ਕਹਿਣਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜੀ ਪਾਵਰ ਆਫ ਅਟਰਨੀ ਵੀ ਲਈ ਗਈ ਨਾ ਉਹ ਵੀ ਸਾਨੂੰ ਗੁੰਮਰਾਹ ਕਰਕੇ ਉਹ ਕਹਿ ਰਹੇ ਆ ਉਹਨਾਂ ਦੇ ਹਸਬੈਂਡ ਬਲਜੀਤ ਕੌਰ ਦੇ ਕਹਿੰਦੇ ਉਹਨਾਂ ਨੂੰ ਕੁਝ ਪਾਣੀ ਵਿੱਚ ਮਿਲਾ ਦਿੱਤਾ ਗਿਆ ਸੀ ਜੋ ਰਜਿਸਟਰੀ ਕਰਨ ਤੋਂ ਪਹਿਲਾਂ ਦੱਸਿਆ ਹੀ ਨਹੀਂ ਗਿਆ ਕਿ ਕੀ ਕਰਵਾ ਰਹੇ ਇਹਨਾਂ ਨੇ ਮੇਰੇ ਨਾਲ ਰਜਿਸਟਰੀ ਨਹੀਂ ਕਰਾਈ ਜੀ ਮੇਰੇ ਨਾਲ ਅੱਗੇ ਜਸ਼ਨਪ੍ਰੀਤ ਸਿੰਘ ਤੋਂ ਰਜਿਸਟਰੀ ਕਰਾਈ ਹੈ ਜੀ ਗੁੰਮਰਾਹ ਕਰਕੇ ਕੀਤਾ 5 ਮਹੀਨੇ ਹੋ ਗਏ ਇਹਨਾਂ ਨੂੰ ਨੀ ਪਤਾ ਵੀ ਮੇਰੇ ਖਾਤੇ ਚ ਪਰ ਇਹ ਕਹਿੰਦੇ ਅਸੀਂ ਸਾਨੂੰ ਕਾਫੀ ਸਮਾਂ ਹੋ ਗਿਆ ਜਲੰਧਰ ਇਲੈਕਸ਼ਨ ਵੇਲੇ ਵੀ MLA ਸਾਹਿਬ ਕੋਲ ਗਏ ਉਦੋਂ ਉਹਨਾਂ ਨੇ ਭਰੋਸਾ ਦਵਾਇਆ ਪਰ ਬਾਅਦ ਵਿੱਚ ਉਹਨਾਂ ਦੇ ਵੀ ਕਹਿੰਦੇ ਤੇਵਰ ਬਦਲ ਗਏ ਨਹੀਂ ਜੀ ਨਹੀਂ ਉਹਨਾਂ ਦੇ ਕੋਈ ਤੇ ਉਹ ਤਾਂ ਮੇਰੇ ਨਾਲ ਉਲਟਾ ਖੈਪੜ ਪਏ ਆ ਸਾਰਾ ਕੁਝ ਮੇਰੇ ਉਲਟ ਚੱਲ ਰਿਹਾ ਮੈਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਫਿਰ ਮੈਨੂੰ 30 ਲੱਖ ਦੇ ਰਿਹਾ ਜੀ ਇਹੀ ਸਾਰੇ ਦੇ ਰਿਹਾ ਜੀ ਇੱਕ ਤਾਂ ਸਰਦਾਰ ਗੁਰਬਚਨ ਸਿੰਘ ਹੈ ਇੱਕ ਇਹ ਲਖਮੀਰ ਸਿੰਘ ਹੈ ਜੀ ਜੀ
ਵੀ ਜਾਂ ਤਾਂ ਸਾਡੀ ਜ਼ਮੀਨ ਵਾਪਸ ਕਰ, ਤੈਨੂੰ ਵੱਧ ਪੈਸੇ ਦੇ ਦਿੰਦੇ ਆ, ਨਹੀਂ ਸਾਨੂੰ ਵੱਧ ਪੈਸੇ ਦੇ, ਆਪਾਂ ਨਿਬੇੜ ਲੈਂਦੇ ਬਹਿ ਕੇ। ਤੇ ਤੁਸੀਂ ਉਦੋਂ ਫਿਰ ਕੀ ਦਲੀਲ ਰੱਖੀ ਕਿ ਤੁਸੀਂ ਤਾਂ ਜ਼ਮੀਨ? ਸਰ ਮੈਂ ਗੱਲਾਂ ਦੱਸਦਾ ਜੀ, ਪਹਿਲਾਂ ਮੇਰੀ ਗੱਲ ਸੁਣੋ ਜੀ। ਇਹਨਾਂ ਨੇ ਜਦੋਂ ਰਜਿਸਟਰੀ ਹੋਊਗੀ ਜੀ, ਫਿਰ ਬਲਜੀਤ ਕੌਰ ਨੇ ਮੈਨੂੰ ਪਤਾ ਲੱਗਿਆ ਵੀ ਕਨੈਕਸ਼ਨ ਏਦਾਂ ਨੀ ਨਾਮ ਹੁੰਦਾ, ਕਨੈਕਸ਼ਨ ਦਾ ਅਲੱਗ ਐਫੀਡੇਵਿਟ ਲੈਣਾ ਪੈਂਦਾ। ਉਹ ਕਿਉਂਕਿ ਪਾਵਰ ਆਫ ਟੋਰਨੀ ਵਾਲੇ ਦੇ ਨਾਮ ਜਿਹਦੇ ਨਾਲ ਟੋਰਨੀ ਹੁੰਦੀ ਹੈ ਬਿਜਲੀ ਬੋਰਡ, ਉਹਦੇ ਨਾਲ ਨੀ ਕਨੈਕਸ਼ਨ ਕਰਦਾ, ਜਿਹਦੇ ਨਾਲ ਅੱਗੇ ਰਜਿਸਟਰੀ ਹੁੰਦੀ ਹੈ ਉਹਦੇ ਨਾਲ ਕਰਦਾ। ਮੈਡਮ ਬਲਜੀਤ ਕੌਰ ਨੇ ਮੈਨੂੰ ਪੱਕਾ ਐਫੀਡੇਵਿਟ ਦਿੱਤਾ 2 ਮਹੀਨੇ, 1.5-2 ਮਹੀਨੇ ਬਾਅਦ ਜੀ ਦੁਬਾਰਾ ਜਾ ਕੇ ਉੱਥੇ ਵੀ ਮੋਟਰ ਤੇਰੇ ਨਾਂ ਕਰਾਤੀ ਹੈ, ਕਬਜ਼ਾ ਤੈਨੂੰ ਦੇਤਾ, ਇਸ ਚ ਮੇਰੀ ਸਹਿਮਤੀ ਹੈ। ਤੁਸੀਂ ਕਹਿੰਦੇ ਮਤਲਬ ਜੋ ਕੁਝ ਵੀ ਹੋਇਆ ਜ਼ਮੀਨ ਦਾ ਲੈਣ ਦੇਣ ਸਹਿਮਤੀ ਨਾਲ ਹੋਇਆ? ਸਹਿਮਤੀ ਨਾਲ ਹੋਇਆ ਜੀ ਸਰ, ਪੱਕੇ ਚ ਪੈਸੇ ਗਏ ਆ। ਪਰ ਉਹ ਤਾਂ ਇਹ ਕਹਿ ਰਿਹਾ ਕਿ ਅਸੀਂ ਇੰਨੇ ਦੁਖੀ ਆ, ਗੇੜੇ ਕੱਟ ਕੱਟ ਥੱਕ ਗਏ ਅਸੀਂ, ਤੇ ਹੁਣ ਆਤਮ ਹੱਤਿਆ ਹੀ ਕਰਾਂਗੇ, ਰਾਹ ਹੀ ਸਾਡੇ ਕੋਲ ਬਚਿਆ। ਸਰ ਮੈਨੂੰ ਵੀ ਆਤਮ ਹੱਤਿਆ ਕਰਨੀ ਉਹ ਪੈਣੀ ਹੈ ਜੀ, ਜੇ ਮੇਰੇ ਨਾਲ ਧੱਕਾ ਹੁੰਦਾ, ਇਸੇ ਕਰਕੇ ਤਾਂ ਮੈਂ ਹਾਈ ਕੋਰਟ ਮੂਵ ਕੀਤਾ ਜੀ। ਹੁਣ ਜਿਹੜਾ ਲਖਵੀਰ ਸਿੰਘ ਹੈ ਜੀ, ਇਹਨਾਂ ਦੇ 4 ਕੇਸ ਹੋਰ ਚੱਲਦੇ ਆ ਜੀ, ਜੀ ਸਾਰੇ ਇਹਨਾਂ ਦੇ ਏਰੀਏ ਨੂੰ ਪਤਾ ਜੀ, ਇਹ ਨਸ਼ੇੜੀ ਬੰਦਾ ਇਹਦਾ ਹਸਬੰਡ ਬਲਜੀਤ ਕੌਰ ਦਾ। ਪਰ ਉਹ ਤਾਂ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋਇਆ, ਕੋਈ ਹੋਰ ਵੀ ਮੋਤਬਾਰ ਸੱਜਣ ਆਏ ਸੀ ਤੁਹਾਡੇ ਇਲਾਕੇ ਦੇ, ਉਹ ਕਹਿੰਦੇ ਕਿ ਹਾਂ ਵਾਕਈ MLA ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਕਿ ਜਿੱਥੇ ਜ਼ੋਰ ਲੱਗਦਾ ਲਾ ਲਓ, ਚਾਹੇ ਮੀਡੀਆ ਕੋਲ ਚਲੇ ਜਾਓ, ਚਾਹੇ ਕਿਸਾਨ ਯੂਨੀਅਨ ਕੋਲ ਚਲੇ ਜਾਓ, ਸਾਨੂੰ ਕੋਈ ਡਰ ਨਹੀਂ। ਬਿਲਕੁਲ ਗਲਤ ਗੱਲ ਹੈ, ਇਹਨਾਂ ਨੇ ਮੈਨੂੰ ਕੋਠੀ ਸੱਦਿਆ ਸੀ ਜੀ, MLA ਨੇ ਟਾਈਮ ਰੱਖਿਆ ਸੀ, ਉੱਥੇ ਮੈਨੂੰ ਡਰਾਇਆ ਧਮਕਾਇਆ ਗਿਆ ਵੀ ਤੂੰ ਜ਼ਮੀਨ ਵਾਪਸ ਕਰ ਜੀ, ਠੀਕ ਹੈ ਜੀ ਜੀ। ਮੇਰੇ ਉਲਟ ਫੋਨ ਕੀਤਾ ਗਿਆ ਅਫਸਰਾਂ ਨੂੰ ਸਾਰਿਆਂ ਨੂੰ ਜੀ। ਇਹ ਕਿੰਨਾਂ ਨੇ ਫੋਨ ਕੀਤਾ ਸੀ ਅਫਸਰਾਂ ਨੂੰ? MLA ਸਾਹਿਬ ਨੇ ਜੀ। ਅੱਛਾ, ਤੁਹਾਡੇ ਖਿਲਾਫ ਹੀ ਕਰ ਦਿੱਤਾ ਫੋਨ? ਹੋਰ ਜੀ, ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਜੀ, ਅਸੀਂ ਅਫਸਰਾਂ ਕੇ ਪੇਸ਼ ਹੋਏ, ਸਾਰੇ ਡਾਕੂਮੈਂਟ ਦਿੱਤੇ, ਅਫਸਰ ਮੇਰੀ ਸੁਣ ਨਹੀਂ ਰਹੇ ਸੀ, ਕਿ ਫਿਰ ਮੈਂ ਹਾਈ ਕੋਰਟ ਮੂਵ ਕਰ ਗਿਆ ਜੀ। ਪਰ ਉਹ ਤਾਂ ਕਹਿੰਦੇ MLA ਦੇ ਸਿਰ ਦੇ ਉੱਤੇ ਹੀ ਤਾਂ ਤੁਸੀਂ ਸਾਰਾ ਕੁਝ ਕਰ ਰਹੇ ਹੋ। ਸਰ MLA ਦੇ ਸਿਰ ਤੇ ਕਿਵੇਂ ਹੋ ਸਕਦਾ, ਦੱਸੋ ਸੌਦਾ ਇਹਨਾਂ ਨਾਲ ਮੇਰਾ ਬੈਠ ਕੇ ਹੋਇਆ ਜੀ, ਪੈਸੇ ਮੈਂ ਇਹਨਾਂ ਕੇ ਅਕਾਊਂਟ ਚ ਪਾਏ ਜੀ, ਠੀਕ ਹੈ ਨਾ ਜੀ। ਤੇ ਤੁਸੀਂ ਫਿਰ MLA ਸਾਹਿਬ ਨੂੰ ਦੱਸਿਆ ਨੀ ਸਾਰੀ ਕਹਾਣੀ, ਉਹ ਤੁਹਾਡੇ ਖਿਲਾਫ ਕਿਉਂ? ਸਾਰੀ ਗੱਲ ਦੱਸੀ ਆ ਜੀ, MLA ਦਾ ਪੁੱਪੜ ਸਾਡਾ ਉਲਟ ਹੋਇਆ ਹੋਇਆ ਜੀ ਜੀ, ਉਹ ਇਹਨਾਂ ਤੋਂ ਜ਼ਮੀਨ ਲੈਣ ਨੂੰ ਫਿਰਦਾ। ਇਹ ਜਿਹੜਾ ਲਖਵੀਰ ਸਿੰਘ ਹੈ ਨਾ ਜੀ, ਮੈਂ ਤੁਹਾਨੂੰ ਪ੍ਰੋਪਰ ਗੱਲ ਦੱਸਦਾ, ਲਖਵੀਰ ਸਿੰਘ ਜਿਹੜਾ ਹੈਗਾ, ਇਹਦੇ ਬਾਰੇ ਆਂਢ ਗੁਆਂਢ ਤੁਸੀਂ ਨਾ ਇੱਕ ਇੰਟਰਵਿਊ ਸਾਡੇ ਕੋਲ ਇੱਥੇ ਆ ਕੇ ਕਰੋ। ਅਸੀਂ ਫੇਸਬੁੱਕ ਤੇ 2-3 ਵੀਡੀਓਜ਼ ਪਾਈਆਂ, MLA ਦੇ ਖਿਲਾਫ ਵੀ ਪਾਈਆਂ, ਇਹਨਾਂ ਦੇ ਖਿਲਾਫ ਵੀ ਪਾਈਆਂ ਜੀ, ਤੇ 5 ਬੰਦੇ ਹੋਰ ਹੈ ਜੀ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ, 50-50, 60-60 ਲੱਖ ਰੁਪਏ ਦੀ। ਉਹਨਾਂ ਦੇ ਬਾਬਤ, ਇਹਨਾਂ ਦੇ ਖਿਲਾਫ, ਲਖਵੀਰ ਸਿੰਘ ਦੇ ਖਿਲਾਫ ਦਰਖਾਸਤਾਂ ਚੱਲਦੀਆਂ ਨੇ, ਠੀਕ ਹੈ ਜੀ। ਫਿਰ ਹੁਣ ਅਸੀਂ ਵੀ ਪੜਤਾਲ ਕਰ ਰਹੇ ਜੀ ਸਾਰੀ, ਇਹਨਾਂ ਦੇ ਮਗਰ ਲੱਗੇ ਹੋਏ ਆ। ਅਸੀਂ ਪੁਲਿਸ ਕੋਲ ਦਰਖਾਸਤ ਵੀ ਦਿੱਤੀ ਆ ਵੀ ਇਹ ਨਸ਼ੇ ਦਾ ਵੀ ਕੰਮ ਕਰਦਾ, ਨਸ਼ਾ ਵੀ ਵੇਚਦਾ, ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਲੱਗੇ ਹੋਏ ਜੀ ਇਨਵੈਸਟੀਗੇਸ਼ਨ, ਸਾਨੂੰ ਬੁਲਾਇਆ ਜੀ ਹੁਣ 18 ਤਰੀਕ ਨੂੰ ਜੀ। ਅਮਨ ਢੋਟ, ਤੁਸੀਂ ਆਪਣਾ ਪੱਖ ਰੱਖ ਰਹੇ ਹੋ ਜਿਵੇਂ ਸਾਡੇ ਨਾਲ, ਅਸੀਂ ਕਿਉਂਕਿ ਸਾਡਾ ਫਰਜ਼ ਬਣਦਾ ਸੀ ਉਹਨਾਂ ਦੀ ਗੱਲ ਸੁਣੀਏ, ਤੁਹਾਡੀ ਵੀ ਸੁਣੀਏ, ਪਰ ਨਾਲ ਦੇ ਨਾਲ ਉਹ ਇਹ ਕਹਿ ਰਿਹਾ ਕਿ ਤੁਸੀਂ ਤਾਂ ਕਹਿੰਦੇ ਹੋ ਕਿ MLA ਤਾਂ ਤੁਹਾਡੇ ਹੀ ਖਿਲਾਫ ਅਫਸਰਾਂ ਨੂੰ ਕਹਿ ਰਹੇ ਨੇ, ਪਰ ਉਹ ਕਹਿੰਦੇ ਕਿ MLA ਕਰਕੇ ਹੀ ਅਮਨ ਢੋਟ ਨੇ ਸਭ ਕੁਛ ਕੀਤਾ, ਉਹਨਾਂ ਦੇ ਭਰਾ ਬਣੇ ਹੋਏ ਨੇ, ਤੁਹਾਡੀ ਕਹਿੰਦੇ ਉੱਠਣੀ ਬੈਠਣੀ ਚੰਗੀ ਹੈ MLA ਸਾਹਿਬ ਨਾਲ? ਮੇਰੀ ਪਹਿਲਾਂ ਹੈਗੀ ਸੀਗੀ ਜੀ, ਜਦੋਂ ਮੇਰੇ ਉਲਟੀ ਹੋ ਗਏ, ਜਦੋਂ ਮੇਰੀ ਕੋਈ ਪੱਖ ਹੀ ਨੀ ਸੁਣਿਆ, ਮੈਨੂੰ ਹਾਈ ਕੋਰਟ ਮੂਵ ਹੋਣਾ ਪਿਆ ਜੀ। ਫਿਰ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ, ਲਖਮੀਰ ਸਿੰਘ ਨੇ ਤੇ ਦਿੱਤੀ ਵਾਈਫ ਨੇ, ਉਹ 5 ਬੰਦੇ ਹੈ ਜੀ ਜਿਹਨਾਂ ਨਾਲ ਇਹਨਾਂ ਦਾ ਦਰਖਾਸਤਾਂ ਚੱਲਦੀਆਂ, ਇਹਨਾਂ ਦੇ ਖਿਲਾਫ DIG ਆਫਿਸ, ਉਹਨਾਂ ਦੇ ਵੀ ਸੰਬੰਧ ਚ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਸਾਰੀ। ਪਰ ਜੇ ਉਹਨਾਂ ਚ ਨੁਕਸ ਹੁੰਦਾ, ਉਹ ਸ਼ਰੇਆਮ ਪ੍ਰੈਸ ਚ ਆ ਕੇ ਪ੍ਰੈਸ ਕਾਨਫਰੰਸ ਕਿਉਂ ਕਰਦੇ?
ਸਰ ਉਂਗਲਾਂ ਲਾਣ ਵਾਲੇ ਜੀ ਬਹੁਤ ਨੇ ਪਿੱਛੇ, ਉਹੀ ਜ਼ਮੀਨ ਹੁਣ ਦੂਸਰੇ ਬੰਦੇ ਲੈਣ ਨੂੰ ਫਿਰਦੇ ਸਸਤੀ। ਮੇਰੇ ਤੇ ਪ੍ਰੈਸ਼ਰ ਬਣਾ ਰਿਹਾ ਵੀ ਤੂੰ ਛੱਡ ਦੇ ਜ਼ਮੀਨ, ਤੂੰ 5 ਲੱਖ ਲੈ ਲੈ, 20 ਲੱਖ ਲੈ ਲੈ, 30 ਲੱਖ ਲੈ ਲੈ ਉੱਤੇ, ਤੂੰ ਛੱਡ ਦੇ। ਮੈਂ ਕਿਉਂ ਛੱਡਾਂ ਜੀ ਆਪਦੀ ਪ੍ਰੋਪਰਟੀ? ਸਰ ਇਹ ਕਿੱਦਾਂ ਪੋਸੀਬਲ ਹੋ ਸਕਦਾ ਦੱਸੋ? ਮਤਲਬ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਚਾਹੇ ਤੁਹਾਡੇ ਥਰੂ ਸ਼ਿਕਾਇਤਾਂ ਗਈਆਂ ਜਾਂ ਉਹਨਾਂ ਨੇ ਕੀਤੀਆਂ, ਪੁਲਿਸ ਨੇ ਇਹਦੇ ਵਿੱਚ ਕੋਈ ਕੰਮ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ? ਹਾਂ ਜੀ ਪ੍ਰੋਪਰ ਨਹੀਂ ਕੀਤਾ ਹੈਗਾ, ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਅਸੀਂ ਤਾਂ ਦੋ ਵਾਰੀ ਮੈਂ ਜਾਇਆ ਜੀ ਉੱਥੇ ਇਨਵੈਸਟੀਗੇਸ਼ਨ ਚ ਜੀ, ਤੇ ਹੁਣ ਮੇਰਾ ਐਕਚੁਅਲੀ ਨਾ ਜੀ ਪੈਰ ਫ੍ਰੈਕਚਰ ਹੋ ਗਿਆ, ਮੇਰੇ ਲੱਗਿਆ ਹੋਇਆ ਜੀ ਪਲਸਤਰ ਜੀ, ਤੇ ਮੈਂ ਇਸ ਕਰਕੇ ਇਸ ਵਾਰੀ ਜਾ ਨਹੀਂ ਸਕਿਆ ਜੀ। ਠੀਕ ਹੈ, ਬਾਕੀ ਇਹਨਾਂ ਨੂੰ ਬੁਲਾਇਆ, ਪੁਲਿਸ ਨੇ ਜਾਂਦੀ ਨਹੀਂ ਹੈਗੇ ਜੀ ਉੱਥੇ, ਇਹ ਕਿਉਂ ਨਹੀਂ ਜਾਂਦੇ ਤੇ ਪੁੱਛੋ ਜੀ ਇਹਨਾਂ ਨੂੰ। ਹੁਣ ਜਿਵੇਂ ਉਹ ਕਹਿੰਦੇ ਵੀ ਅਸੀਂ ਆਹ ਜਿਹੜੀ ਵੀ ਗੱਲ ਕਰ ਰਹੇ ਹਾਂ ਰੱਬ ਨੂੰ ਜਾਣ ਦੇਣੀ ਹੈ, ਸਾਰਾ ਕੁਝ ਸੱਚ ਹੈ, ਔਰ ਮੁੱਖ ਮੰਤਰੀ ਤੋਂ ਕਹਿੰਦੇ ਸਾਨੂੰ ਆਸ ਹੈ ਕਿ ਇਨਸਾਫ਼ ਜ਼ਰੂਰ ਦਿਵਾਉਣਗੇ ਸਾਨੂੰ। ਉਹ ਬਿਲਕੁਲ ਜੀ, ਜਿਹੜਾ ਇਨਸਾਫ਼ ਹੈ ਮੁੱਖ ਮੰਤਰੀ ਜੋ ਸਹੀ ਕਰਨਗੇ ਜੀ, ਮੈਨੂੰ ਵੀ ਮਨਜ਼ੂਰ ਹੈ, ਇਹਨਾਂ ਨੂੰ ਵੀ ਮਨਜ਼ੂਰ ਹੋਣਾ ਚਾਹੀਦਾ ਜੀ। ਠੀਕ ਹੈ ਜੀ, ਜੋ ਮਾਣਯੋਗ ਅਦਾਲਤ ਫੈਸਲਾ ਕਰੇਗੀ, ਮਾਣਯੋਗ ਅਦਾਲਤ 'ਚ ਮੈਂ ਮੂਵ ਇਸੇ ਕਰਕੇ ਹੋਇਆ ਨਾ ਜੀ, ਸਾਰੇ ਡਾਕੂਮੈਂਟ ਲੈ ਕੇ ਜੀ। ਇਹਨਾਂ ਨੇ ਜੀ ਦਰਖਾਸਤ ਪਾਈ ਪਹਿਲਾਂ ਤਾਂ ਕਿ ਅਟੋਰਨੀ ਝੂਠੀ ਕਰਾਰ ਕੀ ਹੈ, ਜਦੋਂ ਉੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ, ਅਟੋਰਨੀ ਇਹਨਾਂ ਵੱਲੋਂ ਕਰਾਈ ਗਈ ਹੈ, ਉਹਦੀ ਮੈਂ ਦਰਖਾਸਤ ਪਾਈ ਹੋਈ ਹੈ ਜੀ। ਤੁਸੀਂ ਕਿਹਾ ਵੀ ਤੁਹਾਡੇ ਕੋਲ ਤੇ ਜਸ਼ਨਪ੍ਰੀਤ ਕੇ ਦੀਪ ਹੈ ਜਿਹੜਾ ਮੁੰਡਾ, ਉਹਦੇ ਥਰੂ ਤੁਹਾਡੇ ਕੋਲ ਆਈ ਹੈ ਜ਼ਮੀਨ, ਤੁਹਾਡੀ ਐਂਟਰੀ ਪਹਿਲਾਂ ਨਹੀਂ ਸੀ ਹੋਈ ਜਦੋਂ ਇਹਨਾਂ ਦਾ ਕੋਠੀ ਦਾ ਮਸਲਾ ਜਲਾਲਪੁਰ 'ਚ ਚੱਲਦਾ ਸੀ, ਕਹਿੰਦੇ ਇਹ ਆ ਗਏ ਸੀ ਵਿੱਚ, ਕਹਿੰਦੇ ਸਮਝੌਤਾ ਕਰਾ ਦਿੰਦੇ ਆ ਤੁਹਾਡਾ? ਨਹੀਂ ਜੀ ਨਹੀਂ, ਮੇਰੇ ਕੋਲ ਇਹੋ ਜਿਹਾ ਕੋਈ ਨਹੀਂ, ਕਿੱਲੇ ਵਾਲੀ ਜੇ ਉਹ ਗੱਲ ਹੀ ਨਹੀਂ ਹੈਗੀ, ਇਹ ਤਾਂ ਮਨਕੜਤ ਕਹਾਣੀ ਹੈ। ਅੱਛਾ, ਨਾ ਨਾ ਕੋਈ ਕਿੱਲੇ ਵਾਲੀ ਗੱਲ ਹੈ, ਨਾ ਕੋਠੀ ਦੇ ਸਮਝੌਤੇ ਦੀ ਗੱਲ? ਮੇਰਾ ਕੋਈ ਕੋਠੀ ਨਾਲ ਕਿਆ ਸੰਬੰਧ ਹੈ ਜੀ ਇਹਨਾਂ ਦੀ ਨਾਲ? ਇਹ ਹੁਣ ਰੋਜ਼ ਸਟੇਟਮੈਂਟ ਬਦਲ ਰਹੇ ਹੈ ਜੀ, ਇਹ ਵੀ ਸਟੇਟਮੈਂਟ ਜਿਹੜੀ ਇਹਨਾਂ ਨੇ ਦਿੱਤੀ ਹੈ, ਇਹ ਵੀ ਅਸੀਂ ਪੁਲਿਸ ਦੇ ਅੱਗੇ ਜਾ ਕੇ ਪੇਸ਼ ਕਰਾਂਗੇ, ਮਾਣਯੋਗ ਅਦਾਲਤ ਅੱਗੇ ਪੇਸ਼ ਕਰਾਂਗੇ। ਜਿਹੜੀ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਉਸ 'ਚ ਕੁਛ ਹੋਰ ਬੋਲ ਰਹੇ ਆ, ਔਨ ਰਿਕਾਰਡ ਆ ਕੇ ਕੁਛ ਹੋਰ ਬੋਲ ਰਹੇ ਜੀ ਇਹ। ਚਲੋ, ਤੁਸੀਂ ਆਪਣਾ ਪੱਖ ਸਾਂਝਾ ਕੀਤਾ ਜੀ, ਬਹੁਤ ਸ਼ੁਕਰੀਆ।